اعوذ باللہ من الشیطان الرجیم بسم اللہ الرحمن الرحیم برادران تریکوت بندائے ناچیز خادم آستانہ عالیہ چورہ شریف آ درجہ بے درجہ تمام بزرگوں عزیزہ عزیزوں جہاں جہاں تک آ میری آواز جاتی ہے سب کی خدمت میں سلام عرض کرتا ہوں السلام علیکم ورحمۃ اللہ آ برکاتہ ہو آ دوستان محترم لاج رکھتا ہے ਆ ਗੁਨਾਹਗਾਰੋਂ ਕੀ ਵੋ ਲਜਪਾਲ ਆ ਦੇਰ ਹੋ ਵੀ ਜਾਏ ਆ ਦੇਤਾ ਹੈ ਮੁਸੀਬਤ ਟਾਲ ਆਤੇ ਹੈ ਗੈਬ ਸੇ ਯੇ ਮਜ਼ਮੀਨੇ ਖਿਆਲ ਮੇ ਪਿੰਜਰੇ ਖਾਨਾ ਏ ਨੁਆਇਸ ਰੋਜ਼ ਸੇ ਇਹ ਮੇਰਾ ਰੱਬ ਮੇਰੇ ਦਿਮਾਗੀ ਪਾਉਂਦਾ ਆ ਮੈਂ ਤੁਹਾਨੂੰ ਦੇ ਛੋੜਨਾ ਮਾਸ਼ਾਅੱਲਾ ਮਾਸ਼ਾਅੱਲਾ ਹੁਣ ਜਿਹੜੀ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਉਹ ਹੈਗੀ ਆ ਸਮਝ ਸਮਝ ਕੇ ਵੀ ਜੋ ਨਾ ਸਮਝੇ ਮੇਰੀ ਸਮਝ ਮੈਂ ਵੋ ਨਾ ਸਮਝ ਹੈ ਮਾਸ਼ਾਅੱਲਾ ਆ ਇੱਥੇ ਸਾਰੇ ਜਿਹੜੇ ਹਨ ਇੱਧਰ ਮੇਰੀ ਗੱਲ ਸੁਣੀ ਗਿਨੇ ਇਹ ਸਾਦੇ ਬਣਦੇ ਨਾ ਸਮਝ ਬਣਦੇ ਮਾਸ਼ਾਅੱਲਾ ਮਾਸ਼ਾਅੱਲਾ ਐ ਰੱਬ ਦੀ ਤਾਕਤ ਨੂੰ ਇਹ ਨਹੀਂ ਸਮਝਣੇ ਮੈਂ ਜਿਹੜੀ ਗੱਲ ਆਖਣਾ ਪਿਆ ਆ ਅੱਲਾ ਤਾਲਾ ਸੁਣ ਰਮਜ਼ਾਨ ਹੀ ਦੋ ਝੂਟੇ ਦਿੱਤੇ ਨੇ ਦੋ ਮਾਸ਼ਾਅੱਲਾ ਔਰ ਬਾਰਿਸ਼ਾਂ ਆ ਇਤਨੀਆਂ ਦਿੱਤੀਆਂ ਕਿ ਬੇਸਾਬੀਆਂ ਮਾਸ਼ਾਅੱਲਾ ਮਾਸ਼ਾਅੱਲਾ ਆ ਦੁਬਈ ਰੁੜ ਗਿਆ ਮੰਦਰ ਰੁੜ ਗਏ ਰੁੜ ਕੇ ਮੰਦਰ ਮਾਸ਼ਾਅੱਲਾ ਮਾਸ਼ਾਅੱਲਾ ਆ ਰੱਬ ਸੁਣ ਆ ਆਪਣੇ ਘਰ ਅੱਗੇ ਖੜ ਕੇ ਸੱਟੇ ਆ ਜਿਹੜੀ ਗੱਲ ਮੈਂ ਆਖਣਾ ਔਰ ਪਾਣੀ ਇਤਨਾ ਚੜ ਗਿਆ ਆ ਖਾਨਾ ਖੁਦਾ ਵੀ ਡੁੱਬ ਗਿਆ ਰੋਜ਼ਾ ਰਸੂਲ ਵੀ ਡੁੱਬ ਗਿਆ ਦੁਬਈ ਵੀ ਡੁੱਬ ਗਿਆ ਤਮਾਮ ਗੱਡੀਆਂ ਡੁੱਬ ਗਈਆਂ ਮਾਸ਼ਾਅੱਲਾ ਫਿਰ ਵੀ ਨਾ ਸਮਝ ਨਹੀਂ ਆਈ ਨਾ 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 ਹੁਣ ਮਾਸ਼ਾਅੱਲਾ ਇੱਕ ਹੋਰ ਵਾਰਨਿੰਗ ਹੈ ਇਹ ਵੀ ਜ਼ਰਾ ਦੇਖ ਲਿਓ ਜਿਹੜੀ ਗੱਲ ਤੁਹਾਨੂੰ ਆਖਣਾ ਇਹ ਜਿਹੜਾ ਅਰਬ ਹੈ ਇਹਦੀ ਵੀ ਤਬਾਹੀ ਨਿਕਲ ਜਾਸੀ ਮੈਂ ਜਿਹੜੀ ਗੱਲ ਆਖਣਾ ਅਰਬੀ ਆ ਖਾਣੇ ਵਾਲੇ ਦੰਦ ਔਰ ਆ ਟਕਾਣੇ ਵਾਲੇ ਔਰ ਹਾਥੀਆਂ ਵਾਲੇ ਦੰਦ ਆ ਦਿਖਾਣੇ ਵਾਲੇ ਔਰ ਖਾਣੇ ਵਾਲੇ ਔਰ ਮਾਸ਼ਾਅੱਲਾ ਐ ਅੰਦਰੀ ਅੰਦਰੀ ਇਹ ਗੇਮਾਂ ਕਰਨੇ ਗੇਮਾਂ ਮਾਸ਼ਾਅੱਲਾ ਆ ਜਿਹੜੀ ਗੱਲ ਤੁਹਾਨੂੰ ਆਖਣਾ ਪਿਆ ਇਹ ਜਿਹੜੇ ਅਰਬੀ ਹੈਗੇ ਨੇ ਇਹ ਇੱਧਰ ਮੇਰੀ ਗੱਲ ਸੁਣ ਗਈ ਨਹੀਂ ਆ ਇਹ ਫਲਸਤੀਨ ਨੂੰ ਆ ਸ਼ਿਕਸਤ ਦਵਾਉਣੀ ਚਾਹੁੰਦੇ ਨੇ ਆ ਇਹਨਾਂ ਨੂੰ ਇਸ ਗੱਲ ਦਾ ਇੰਨੇ ਕਰੀਬ ਹੋ ਕੇ ਐਵੇਂ ਤਾਂ ਨਹੀਂ ਆਖਣਾ ਨਾ ਆ ਚਿਰਾਗ ਟੱਲੇ ਅੰਧੇਰਾ ਹੁੰਦਾ ਮਾਸ਼ਾਅੱਲਾ ਆ ਜਿਸ ਦੀ ਉਹ ਮੱਤ ਮਾਰ ਦੇਵੇ ਆ ਉਸੀ ਮੱਤ ਰਹਿੰਦੀ ਕਿੱਥੇ ਮਾਸ਼ਾਅੱਲਾ ਇਹ ਜਿਹੜੀਆਂ ਗੱਲਾਂ ਗਈਆਂ ਇਹ ਇਸ਼ਕ ਨਾਲ ਮੁਹੱਬਤ ਨਾਲ ਖੈਰੋ ਬਰਕਤ ਨਾਲ ਆਉਂਦੀਆਂ ਜਿਹੜੀ ਗੱਲ ਆਖਣਾ ਪਿਆ ਇਹ ਵੱਡੀ ਗੱਲ ਹੈ ਵੱਡੀ ਮਾਸ਼ਾਅੱਲਾ ਇਹ ਜਿਹੜਾ ਆ ਯੂਰਪ ਹੈਗਾ ਤਬਾਹ ਬਰਬਾਦ ਹੋ ਜਾ ਸੀ ਜਿਹੜੀ ਗੱਲ ਆਖਣਾ ਪਿਆ ਔਰ ਅਮੈਰੀਕਾ ਆ ਜਿਹੜੀ ਗੱਲ ਆਖਣਾ ਪਿਆ ਆਹ ਵੱਡੀ ਗੱਲ ਹੈ ਵੱਡੀ ਅਮੈਰੀਕਾ ਤਬਾਹ ਹੋਤਾ ਆ ਦੇਖ ਰਹਾ ਹੂੰ ਆ ਪਾਕਿਸਤਾਨ ਆਲਮੀ ਇਸਲਾਮ ਕਾ ਆ ਹੈਡਕੁਆਟਰ ਹੋਗਾ ਆ ਜ਼ਰਾ ਗੱਲ ਗੌਰ ਨਾਲ ਸੁਣ ਲਓ ਗੌਰ ਨਾਲ ਅਗਰ ਤਖਤੀ ਨਹੀਂ ਹੈਗੀ ਪੈਨਸਲ ਨਹੀਂ ਹੈਗੀ ਦਿਲ ਨਹੀਂ ਹੈਗਾ ਕੰਪਿਊਟਰ ਨਹੀਂ ਹੈਗਾ ਟੱਚ ਮੋਬਾਈਲ ਨਹੀਂ
ਕਿਸੇ ਪੱਥਰ 'ਤੇ ਲਿਖ ਦਿਓ, ਪੱਥਰ 'ਤੇ, ਆ ਪੱਥਰ 'ਤੇ ਆ ਲਿਖ ਦਿਓ, ਅਮਰੀਕਾ ਤਬਾਹ ਹੋਤਾ ਆ ਦੇਖ ਰਿਹਾ ਹੂੰ, ਯੂਰਪ ਆ ਤਬਾਹ ਬਰਬਾਦ ਹੁੰਦਾ ਆ ਤੱਕ ਰਿਹਾ, ਪਾਕਿਸਤਾਨ ਆਲਮੇ ਇਸਲਾਮ ਕਾ ਹੈਡ ਕੁਆਟਰ ਆ ਬਣੇਗਾ, ਪਾਕਿਸਤਾਨ ਆ ਕੌਣ ਸੇ ਆ ਇਸਲਾਮੀ ਮੁਲਕ ਆ ਅਸਲਾ ਪਹੁੰਚਾਏਗੇ, ਮਾਸ਼ਾ ਅੱਲਾਹ ਇਹ ਜਿਹੜੇ ਤਾਲਿਬਾਨ ਨੇ ਤਾਲਿਬਾਨ ਇਹ ਅਸਲਾ ਪਾਕਿਸਤਾਨ ਨੂੰ ਦੇ ਸਨ, ਆ ਜਿਹੜਾ ਤੁਰਕੀ ਏ ਇਹ ਵੀ ਅਸਲਾ ਆ ਦੇਸੀ, ਚੈਨਾ ਵੀ ਆ ਦਿੰਦਾ ਵੀ ਪਿਆ ਨਾਲ ਦੇਸੀ, ਰੂਸ ਦਿੰਦਾ ਵੀ ਔਰ ਦੇਸੀ, ਔਰ ਇਰਾਨ ਇਹ ਵੀ ਅਸਲਾ ਦੇਸੀ, ਮਾਸ਼ਾ ਅੱਲਾਹ ਪਾਕਿਸਤਾਨ ਕੋਲ ਆ ਕਿਸੇ ਚੀਜ਼ ਦੀ ਕਮੀ ਨਹੀਂ, ਨਹੀਂ 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 ਨਹੀਂ, ਆ ਜਿਹੜੀ ਗੱਲ ਆਖਣਾ ਪਿਆ ਇਹ ਜਿਹੜਾ ਮਾਸ਼ਾ ਅੱਲਾਹ ਆ ਜਿਹੜਾ ਇਹਨਾਂ ਨੂੰ ਇਹ ਸਮਝਾਉਣੇ ਵਾਸਤੇ ਆ ਰਸਤੇ ਪਾਉਣੇ ਵਾਸਤੇ ਮਾਸ਼ਾ ਅੱਲਾਹ ਇਹ ਜਿਹੜੇ ਰਮਜ਼ਾਨ 'ਚ ਇੱਕ ਸੂਰਜ ਆ ਗਿਰਨ ਹੋਇਆ, ਇੱਕ ਚਾਂਦ ਗਿਰਨ ਹੋਇਆ, ਅੱਲਾਹ ਤਾਲਾ ਸੁਣ ਆ ਟਲ ਖੜਕਾ ਦਿੱਤੇ, ਘੰਟੀਆਂ ਵਜਾ ਦਿੱਤੀਆਂ, ਲਾਰਮ ਖੜਕਾ ਦਿੱਤੇ, ਬੈਲਾਂ ਦੇ ਦਿੱਤੀਆਂ, ਆ ਇਹਨਾਂ ਦੀ ਸਮਝ ਨਹੀਂ ਆਇਆ, ਨਾ 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 ਨਾ, ਆ ਸਲਾਬ ਚਾੜ ਕੇ ਮੰਦਰ ਔਰ ਭਗਵਾਨ ਪੁੱਠੇ ਕਰ ਦਿੱਤੇ, ਮੂੰਹਦੇ ਕਰ ਦਿੱਤੇ, ਪਾਣੀਆਂ ਵਿੱਚ ਮੂੰਹਦੇ ਕਰ ਦਿੱਤੇ, ਮਾਸ਼ਾ ਅੱਲਾਹ ਆ ਜਿਹੜੀ ਗੱਲ ਆਖਣਾ ਪਿਆ ਆਈਆਂ ਵੀ ਸਮਝ ਨਹੀਂ ਆਇਆ, ਆ ਫਿਰ ਦੁਬਈ ਵਿੱਚ ਗੱਡੀਆਂ ਦੀ ਛੱਤਰ ਚੜ੍ਹ ਕੇ ਇਹ ਜਿਹੜੇ ਮਾਸ਼ਾ ਅੱਲਾਹ ਇਹ ਜਿਹੜੇ ਭਗਵਾਨ ਨੇ ਆ ਮੰਦਰ 'ਤੇ ਹੁੰਦੇ ਨੇ ਮਾਸ਼ਾ ਅੱਲਾਹ, ਉਹ ਚੜ੍ਹ ਕੇ ਅਜ਼ਾਨਾ ਦਿੰਦੇ ਰਹੇ ਮਾਸ਼ਾ ਅੱਲਾਹ, ਆ ਤਾਂ ਜਾ ਕੇ ਆ ਅਜ਼ਾਬ ਟਲਿਆ, ਹੁਣ ਤਾਂ ਦੁਬਈ ਵਾਲਿਆ ਨਵਾਂ ਕੰਮ ਕਰ ਦਿੱਤਾ, ਅਜ਼ਾਨ 'ਚ ਫਰਕ ਪਾ ਦਿੱਤਾ, ਆ ਆਵਾਜ਼ਾਂ ਦਿੰਦੇ ਆ ਜਾ ਆ ਜੋ ਕਰਨਾ ਕਰ ਲੈ ਮਾਸ਼ਾ ਅੱਲਾਹ, ਅਸਾਂ ਨਹੀਂ ਬਾਜ਼ ਆਉਣਾ, ਬੁੱਤ ਰੱਖਣਾ ਮਾਸ਼ਾ ਅੱਲਾਹ, ਆ ਬੁੱਤਾਂ ਬਗੈਰ ਸਾਡਾ ਆ ਕੰਮ ਨਹੀਂ ਚੱਲਦਾ, ਨਾ 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 ਨਾ, ਬੁੱਤ ਰੱਖਾਂ ਆ ਤਾਂ ਫਿਰ ਕੰਮ ਚੱਲਸੀ, ਇਹ ਜਿਸ ਤਰ੍ਹਾਂ ਪਹਿਲੇ ਬੁੱਤ ਰੱਖੇ ਰਹੇ ਸਨ, ਆ ਅਰਬੀਆਂ ਦੇ ਕੰਮ ਚੱਲਣੇ ਸਨ, ਹੁਣ ਵੀ ਬੁੱਤ ਰੱਖਣੇ ਪੈ ਸਨ ਮਾਸ਼ਾ ਅੱਲਾਹ, ਇਹਨਾਂ ਇਹ ਦੁਬਈ ਵਾਲਿਆਂ ਦੀ ਔਰ ਸਾਊਦੀ ਵਾਲਿਆਂ ਦੀ ਔਰ UAE ਵਾਲਿਆਂ ਦੀ ਮਾਸ਼ਾ ਅੱਲਾਹ, ਇਹ ਜਿਹੜੇ ਅਰਬ ਹਨ ਇਹਨਾਂ ਦੀ ਧੂੜ ਨਿਕਲਣੀ, ਔਰ ਜਿਹੜੀ ਗੱਲ ਮੈਂ ਆਖਣਾ ਪਿਆ ਇਹ ਜਿਹੜਾ ਫਲਸਤੀਨ ਹੈ, ਫਲਸਤੀਨ ਨਾਲ ਮੇਰਾ ਰੱਬ ਹੈ, ਰੱਬ ਦਾ ਆ ਰਸੂਲ ਹੈ ਮਾਸ਼ਾ ਅੱਲਾਹ, ਮਾਂ ਮਹਿਦੀ ਅਲੈਹ ਸਲਾਮ ਆ ਦਸਤਗੀਰੀ ਇਹ ਫਰਮਾਉਂਦੇ ਪਏ, ਉਹ ਸੂਦੀਆ ਅੰਦਰ 3 ਸਾਲ ਹੋ ਗਈ, ਮੈਂ ਹੋਕਾ ਦਿੰਦਾ ਪਿਆ, ਹੋਕਾ ਦਿੰਦਾ ਪਿਆ, ਮਾਂ ਮਹਿਦੀ ਅਲੈਹ ਸਲਾਮ ਸਾਊਦੀ ਅਰਬ ਵਿੱਚ ਪਹੁੰਚ ਚੁੱਕੇ ਨੇ, ਮੇਰੀਆਂ ਗੱਲਾਂ ਆ ਤੁਸੀਂ ਇੱਧਰੋਂ ਪਾਉਂਦੇ ਹੋ ਅਤੇ ਇੱਧਰੋਂ ਕੱਢ ਛੋੜਨੇ ਹੋ, ਇਹ ਕੋਈ ਗੱਲ ਕਰਨੇ ਵਾਲੀ ਨਹੀਂ, ਨਾ 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 ਨਾ, ਆ ਜਿਹੜੀ ਗੱਲ ਆਖਣਾ ਪਿਆ ਇਹ ਕੰਨ ਖੋਲ੍ਹ ਕੇ ਆਪਣੇ ਕੋਲ, ਆ ਮਾਸ਼ਾ ਅੱਲਾਹ, ਨਹੀਂ ਤਾਂ ਕਿਸੇ ਪੜੋਸੀ ਕੋਲ ਅਮਾਨਤਨ ਰਖਵਾ ਦਿਓ, ਮਾਸ਼ਾ ਅੱਲਾਹ ਇਹ ਜਿਹੜਾ ਇਹ ਇੱਧਰ ਮੇਰੀ ਗੱਲ ਸੁਣ ਕੇ ਨਹੀਂ ਹੋ, ਆ ਫਲਸਤੀਨ ਹੈ ਮਾਸ਼ਾ ਅੱਲਾਹ, ਇਹ ਇਸ ਨੂੰ ਸ਼ਿਕਸਤ ਨਹੀਂ ਹੋਣੀ, ਆ ਇਹ ਜਿਹੜਾ ਆ ਅਸਰ ਫਲਸਤੀਨ ਹੈ, ਇਹ ਅਲੱਹਦਾ ਰਿਆਸਤ ਬਣਨੀ ਹੈ, ਜਿਹੜੀ ਗੱਲ ਮੈਂ ਆਖਣਾ ਪਿਆ ਇਹ ਲਿਖ ਲਓ ਆ ਜਿਹੜੀ ਗੱਲ ਮੈਂ ਆਖਣਾ, ਇਹ ਮੇਰੇ ਰੱਬ ਦੇ
ਆਹ ਰਸੂਲ ਦਾ ਫੈਸਲਾ ਮਾਸ਼ਾਅੱਲਾ। ਆਹ ਦੂਸਰੀ ਜਿਹੜੀ ਗੱਲ ਕੀ ਮਾਸ਼ਾਅੱਲਾ, ਇਹ ਰੱਬ ਦੇ ਕਹਿਰੇ ਗਜ਼ਬ ਨੂੰ ਇਹ ਦਾਵਤ ਨਾ ਦਿਓ, ਨਾ ਦਿਓ, ਨਾ ਦਿਓ, ਆਹ ਉਸਦੇ ਗਜ਼ਬ ਨੂੰ ਆਹ ਦਾਵਤ ਨਾ ਦਿਓ। ਆਹ ਉਹ ਜਿਸਲੇ ਆਹ ਵਜਦ ਹੀ ਜਾਂਦਾ ਹੈ, ਫਿਰ ਕੁਝ ਵੀ ਨਹੀਂ ਛੋੜਨਾ, ਨਾ 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 ਪਹਾੜ ਛੋੜਨਾ, ਨਾ ਨਦੀ ਛੋੜਨਾ, ਨਾ ਨਾਲਾ ਛੋੜਨਾ, ਨਾ ਦਰਿਆ ਛੋੜਨਾ ਮਾਸ਼ਾਅੱਲਾ, ਨਾ ਸਮੁੰਦਰ ਛੋੜਨਾ। ਇਹ ਸਮਝ ਨਹੀਂ ਆਉਂਦੀ ਇਹ ਆਇਆ ਕਿੱਧਰੋਂ ਅਤੇ ਨਿਕਲ ਕਿੱਧਰੋਂ ਗਿਆ। ਆਹ ਜਿਹੜੀ ਗੱਲ ਆਹ ਤੁਹਾਨੂੰ ਆਖਣਾ ਪਿਆ, ਅੱਲਾਹ ਦੇ ਕਹਿਰ ਗਜ਼ਬ ਨੂੰ ਆਵਾਜ਼ ਨਾ ਦਿਓ। ਆਹ ਫਲਸਤੀਨ ਆਜ਼ਾਦ ਹੋ ਸੀ ਜਿਹੜੀ ਗੱਲ ਆਖਣਾ ਪਿਆ ਮਾਸ਼ਾਅੱਲਾ, ਇਸਰਾਈਲ ਗੋਡੇ ਟਿਕਾ ਚੁੱਕਿਆ। ਇਹ ਜਿਹੜਾ ਮਾਸ਼ਾਅੱਲਾ ਅਰਬ ਕੰਟਰੀ ਏ, ਇਹ ਇੱਧਰ ਮੇਰੀ ਗੱਲ ਸੁਣ ਗਈ ਨਹੀਂ, ਆਹ ਸਾਊਦੀ ਅਰਬ ਹੋ ਗਿਆ, ਅਰਬ ਰਿਆਸਤਾਂ ਹੋ ਗਈਆਂ, ਦੁਬਈ ਹੋ ਗਿਆ, ਇਹ ਢੋਰੀਆਂ ਲਾ ਲਾ ਕੇ, ਆਹ ਢੋਰੀਆਂ ਲਾ ਲਾ ਕੇ ਮਾਸ਼ਾਅੱਲਾ ਇਹ ਫਲਸਤੀਨ ਆਹ ਨੂੰ ਸ਼ਿਕਸਤ ਦੇਣਾ ਆ ਚਾਹੁੰਦੇ ਨੇ। ਇਹ ਇਹਨਾਂ ਨੇ ਵਸਦੀ ਗੇਮ ਨਹੀਂ, ਨਾ ਨਾ ਨਾ। ਆਹ ਜਿਹੜੀ ਗੱਲ ਆਖਣਾ ਪਿਆ ਆਹ ਸਲਾਬ ਮਸਜਿਦ ਆਹ ਨਬੀ ਤੱਕ ਆਹ ਪਹੁੰਚ ਗਿਆ, ਤੋ ਅੱਲਾ ਨੇ ਮੌਜਾ ਦਿਖਾਈ। ਆਹ ਥਾ ਅਚਾਨਕ ਦਿਲਕਸ਼ ਕੈਸੇ ਫਰਿਸ਼ਤੇ ਉਤਰੇ, ਔਰ ਦੇਖਤੇ ਹੀ ਆਹ ਦੇਖਤੇ ਮੌਜਾ ਆਹ ਦੇਖ ਕਰ ਆਹ ਜਲਦੀ ਸੇ ਆਹ ਵੈਰਤ ਕਰ ਲਓ ਮਾਸ਼ਾਅੱਲਾ, ਮਾਸ਼ਾਅੱਲਾ। ਇਹ ਵੱਡੀ ਗੱਲ ਹੈ, ਵੱਡੀ ਵੱਡੀ ਆਹ ਜਿਹੜੀ ਗੱਲ ਆਹ ਤੁਹਾਨੂੰ ਆਖਣਾ ਪਿਆ ਮਾਸ਼ਾਅੱਲਾ। ਆਹ ਇਹ ਮੋਦੀ ਔਰ ਆਖਣੇ ਆਹ ਇੱਧਰ ਮੇਰੀ ਗੱਲ ਸੁਣੀ ਕਿ ਨਹੀਂ, ਇਹਨਾਂ ਦੇ ਬੁੱਤ ਰੱਖੋ, ਬੁੱਤ ਬੁੱਤ ਰੱਖੋ ਮਾਸ਼ਾਅੱਲਾ। ਇਹ ਮੋਦੀ ਹੋਰਾਂ ਨੇ ਆਹ ਇਹ ਹੱਜ ਕੇ ਆਹ ਤਲਕ ਸੇ ਬਹੁਤ ਬੜਾ ਆਹ ਬੜਾ ਆਹ ਸਖਤ ਐਲਾਨ ਆਹ ਸਮਝ ਆਹ ਮੁਸਲਮਾਨ ਮਤਵਜੋ ਹੂੰ, ਫਿਰ ਨਾ ਕਹਿਣਾ ਕਿ ਖਬਰ ਨਹੀਂ ਹੋਈ ਸੀ ਮਾਸ਼ਾਅੱਲਾ। ਇਹ ਇੱਧਰ ਮੇਰੀ ਗੱਲ ਸੁਣੀ ਕਿ ਨਹੀਂ, ਅੱਜ ਕਰਨਾ ਫਰਜ਼ ਏ, ਨਮਾਜ਼ ਪੜ੍ਹਨੀ ਫਰਜ਼ ਏ, ਰੋਜ਼ੇ ਰੱਖਣੇ ਫਰਜ਼ ਏ, ਮਾਂ ਬਾਪ ਦਾ ਅਦਬ ਕਰਨਾ ਫਰਜ਼ ਏ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਫਰਜ਼ ਏ, ਇਹ ਨਹੀਂ ਰੁਕਦੀਆਂ, ਨਾ 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 ਨਾ। ਇੱਕ ਨਹੀਂ ਇੱਕ ਕਰੋੜ ਤੁਸੀਂ ਆਹ ਪਾਬੰਦੀ ਲਾ ਛੋੜੋ। ਅੱਜ ਹੋ ਸੀ ਮਾਸ਼ਾਅੱਲਾ, ਉਹ ਅੱਜ ਹੋ ਸੀ ਮਾਮਲਾਤ ਹੀ ਹੋ ਸਨ। ਇਹ 2024 ਆਹ 2025 ਇਹ ਬੜੇ ਮਿਸਾਲ ਹਨ, ਬੜੇ ਮਿਸਾਲ ਹਨ ਮਾਸ਼ਾਅੱਲਾ। ਫਿਰ ਉਧਰੋਂ 2027 ਆਹ 2027 2028 ਮਾਸ਼ਾਅੱਲਾ 29 ਤੱਕ ਇਹ ਵੀ ਬੜੇ ਮਿਸਾਲ ਹਨ, ਇਹ ਮਿਸਾਲ ਹਨ ਮਾਸ਼ਾਅੱਲਾ। ਇਹ ਜਿਸ ਤਰ੍ਹਾਂ ਇਹ ਆਲਮੇ ਇਸਲਾਮ ਨੂੰ ਇਹ ਜਿਹੜੇ ਇਹ ਪੁਜਾਰੀ ਹਨ ਆਹ ਬੁੱਤਾਂ ਨੇ ਇਹ ਆਲਮੇ ਇਸਲਾਮ ਨੂੰ ਆ ਸ਼ਿਕਸਤ ਦੇਣਾ ਚਾਹੁੰਦੇ ਨੇ, ਇਹ ਗੱਲ ਹੀ ਆਪਣੇ ਜ਼ਿਹਨ ਚੋਂ ਕੱਢ ਛੋੜੋ ਮਾਸ਼ਾਅੱਲਾ। ਇੱਕ ਤੁਹਾਡੇ ਵਾਸਤੇ ਮਾਸ਼ਾਅੱਲਾ ਪਾਕਿਸਤਾਨ ਹੀ ਬੜਾ ਹੈ, ਜਿਹੜੀ ਗੱਲ ਮੈਂ ਆਖਣਾ ਪਿਆ ਆਈਆਂ ਸ਼ੇਰ ਆ ਪਿੱਛੇ ਡੱਕਿਆ, ਪਿੱਛੇ ਪਿੱਛੇ ਡੱਕਿਆ ਦਾ ਆ ਜਿਸਲੇ ਆਇਆ ਫਿਰ ਤੁਹਾਨੂੰ ਪਤਾ ਲੱਗ ਸੀ ਆ ਆਲਮੇ ਇਸਲਾਮ ਦਾ ਹੀਰੋ ਕੌਣ ਹੈ, ਹੈ ਫਿਰ ਤੁਹਾਨੂੰ ਸਮਝ ਆ ਸੀ, ਐਂ ਨਹੀਂ ਸਮਝ ਆਉਣੀ। ਆਹ ਜਿਹੜੀ ਗੱਲ ਆਖਣਾ ਪਿਆ ਇਹ ਵੱਡੀ ਗੱਲ ਤੁਹਾਨੂੰ ਦੇ ਦਿੱਤੀ।